वातावरण शुद्ध रखण दे लई जिथे लोड़ है पौद्यां दी दरख्तां दी संभाल दी हर संस्था भी कम कर रही है, सरकार भी जतन कर रही है। उत्थे नाल ही भारतीय किसान यूनियन राज्यवाल वल्लों एक मुहिम आरंभ की गई है जुलाई महीने दे विच के हर मोटर दे उत्ते 10 पौधे लगाउणे लाजमी ने। इस तरह होर सांझियां थावां दे उत्ते भी पौधे लगाए जाणगे। सो जिस नूं लैके मुहिम आरंभी गई है, अज इस समय सिस्मा दी जो नर्सरी है उत्थे पहुँचे हुए ने भारतीय किसान यूनियन राज्यवाल दे जिला प्रधान कृपाल सिंह स्याऊ अते उन्हां दे नाल ही हाजर ने परमदीप सिंह बैदवान अते ब्लाक प्रधान दर्शन सिंह नागरा जी अते नाल ही विक्की सिस्मा जी अते सरपंच जसपाल सिंह लक्की बजीदपुर तों अते होर भी मोहतबर जो पहुँचे हुए ने। किवें ओह बूटियां दी वंड करनगे, किन्ने बूटे लैके जा रहे ने, किवें उन्हां दी संभाल करनगे, सारी गल्लबात आपां उन्हां नाल करांगे। वैदवान जी, जो ये बूटियां दी वंड की जा रही है, मुहिम चलाई गई है, इहदे बारे पहले तो जानकारी दिओ कि जो यूनियन वल्लों ये शुरू की गई है। सत श्री अकाल जी भाई, सारिआं नूं, सारे स्रोतिआं नूं, तुहानूं खालसा टीवी चैनल वालिआं नूं। तो गल इदां जी, राज किसान यूनियन राज्यवाल जी है तो उन्होंने वल्लों एक मीटिंग की गई है जी। देखो बहुत अपना जिहड़ा फर्क पैंदा बूटियां नाल, बूटियां दा एक जे कह सकदे आक्सीजन पक्खों है, मौसम पक्खों आ जिहड़े बारिश नहीं हो रही ना पक्खों बहुत वधिया फर्क पैंदा। उन्हां वल्लों हरेक जिले नूं 5 तों 7 बूटे हरेक मोटर दे लाण दे लई आदेश दित्ते गए ने। तो इसी तरह असी मीटिंग हुई जिले की, पंजाब की मीटिंग हुई साढ़े जिला प्रधान कृपाल सिंह स्याऊ वालों भी, उन्होंने 10,000 बूटे लाने का आश्वासन दिता गया। तो असी उस तहत अज 2,000 बूटा सिस्मा जिहड़ी नर्सरी है ब्लाक माजरी नूं इत वंड रहे ने। ब्लाक प्रधान भी आए हुए हैं, दर्शन जी होर 5 सरपंच साढ़े आए हुए हैं, तो हुण सारयां नूं बुला के 5 तों 7 बूटा हरेक मोटर ते लाणा। तो नाल दी नाल जिस तरह सरकारी ग्राउंड ने, कोई सरकारी होर जगह ने, कोई जिथे बूटे नहीं लगे हुए, मतलब ये वंड निकली है। असी इहदे लई इक लिख के भी किहनूं किन्ने बूटे दित्ते, उहदे बाद 5 दिन बाद दुबारे फोन करके ਇਹ ਵੀ ਹੋ ਸਕਦਾ ਵੀ ਅਸੀਂ ਦੇਖਣ ਵੀ ਆਈਏ, ਕਿਉਂਕਿ ਉਹਨਾਂ ਦੀ ਸੰਭਾਲ ਹੋਣੀ ਲਾਜ਼ਮੀ ਹੈ। ਪਾਣੀ ਵੀ ਪਵੇ, ਕੋਈ ਅਵਾਰਾ ਪਸ਼ੂ ਉਹਨਾਂ ਨੂੰ ਬਰਾਨ ਵੀ ਨਾ ਕਰਨ, ਕਿਉਂਕਿ ਤਾਂ ਹੀ ਫਾਇਦਾ ਲਗਾਉਣ ਦਾ। ਇਹ ਵੀ ਕੋਈ ਡਾਇਰੈਕਸ਼ਨ ਵੀ ਜ਼ਰੂਰੀ ਹੈ ਜੀ। ਹੁਣ ਰਾਜੇਵਾਲ ਦੀ ਉੱਥੇ ਜਿਹੜੇ DFO ਨੇ ਆਪਣਾ ਕਨਵਰਪ੍ਰੀਤ ਸਿੰਘ, ਉਹਨਾਂ ਨਾਲ ਵੀ ਮੀਟਿੰਗ ਹੋਈ, ਉਹਨਾਂ ਨੂੰ ਬਕਾਇਦਾ ਪੰਜਾਬ ਲੈਵਲ 'ਤੇ ਵੀ ਇਹ ਗੱਲਬਾਤ ਹੋਈ, ਚਿੱਠੀਆਂ ਆਈਆਂ, ਹਰੇਕ ਰੇਂਜ ਅਫਸਰ ਨੂੰ ਵੀ ਚਿੱਠੀਆਂ ਆਈਆਂ। ਹੁਣ ਸਾਨੂੰ 10,000 ਬੂਟਾ ਸਾਡਾ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਰਾਜੇਵਾਲ ਜੀ ਵੱਲੋਂ ਆਇਆ ਗਿਆ, ਇਹਨਾਂ ਨੂੰ ਚਿੱਠੀਆਂ ਆਈਆਂ। ਅਸੀਂ ਜਿੱਦਾਂ 2,000 ਅੱਜ ਬੂਟਾ ਇੱਥੋਂ ਚੱਕ ਰਹੇ, 2,000 ਖਰੜ ਤੋਂ ਚੱਕ ਰਹੇ, 4,000 ਉੱਥੋਂ, 2,000 ਸਿਆਮੀਪੁਰ ਤੋਂ, ਮਤਲਬ ਕਿ 10,000 ਬੂਟਾ ਅਸੀਂ ਚੱਕ ਕੇ ਇਹ 10 ਤਰੀਕ ਤੋਂ ਆਰੰਭ ਕਰਕੇ 1 ਮਹੀਨੇ ਦੇ ਵਿੱਚ ਇਹ ਕਵਰ ਕਰਨਾ ਜੀ ਅਸੀਂ ਸਾਰਾ ਬਰਸਾਤ ਦੇ ਵਿੱਚ ਹਰੇਕ ਤਰ੍ਹਾਂ ਦਾ ਬੂਟਾ। ਹੁਣ ਇਹਨਾਂ ਨੇ ਬਹੁਤ ਵਧੀਆ ਸਾਨੂੰ, ਜਿਹੜੇ ਇੱਥੇ ਨਰਸਰੀ ਹੈ ਇਹਨਾਂ ਨੇ ਬਹੁਤ ਵਧੀਆ ਸਾਨੂੰ ਇਹ ਨਾਲ ਡੀਲਿੰਗ ਕਰ ਰਹੇ ਸਾਡੇ ਨਾਲ ਵੀ ਕਿਹੜਾ ਵੀ ਬੂਟਾ ਤੁਹਾਨੂੰ ਚਾਹੀਦਾ ਉਹ ਅਸੀਂ ਦੇਵਾਂਗੇ। ਪਰ ਇਹ ਸਾਨੂੰ, ਮੈਂ ਆਪਣੇ ਬੰਦਿਆਂ ਨੂੰ ਵੀ ਬੇਨਤੀ ਕਰਦਾ, ਸਰਪੰਚ ਪੰਚਾਂ ਨੂੰ ਵੀ, ਆ ਮੋਟਰ ਵਾਲੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦਾ, ਹੋਰਾਂ ਨੂੰ ਵੀ ਭਰਾਵੋ ਬੂਟਾ ਜ਼ਰੂਰ ਲੈ ਜਾਓ। ਪਰ ਇਹਦੇ ਲਈ ਬਹੁਤ ਮਿਹਨਤ ਹੁੰਦੀ ਹੈ, ਹਜ਼ਾਰਾਂ ਕਰੋੜਾਂ ਰੁਪਈਆ ਸਰਕਾਰ ਦਾ ਖਰਚ ਹੁੰਦਾ ਬੂਟੇ ਦੇ ਲਈ, ਨਰਸਰੀਆਂ ਖੋਲੀਆਂ ਹੋਈਆਂ, ਬੰਦਿਆਂ ਨੂੰ ਤਨਖਾਹ ਦਿੰਦੇ ਹੈ, ਹੋਰ ਬਹੁਤ ਕੁਝ ਖਰਚਾ ਹੈ। ਅਤੇ ਇਹਦੇ ਲਈ ਇੱਕ ਇੱਕ ਬੂਟਾ ਸਾਨੂੰ ਕਈ ਕਈ ਹਜ਼ਾਰਾਂ ਦਾ ਪੈਂਦਾ, ਵੀ ਇੱਕ ਇੱਕ ਬੂਟੇ ਦੀ ਲਾ ਕੇ ਉਹਦੀ ਸੰਭਾਲ ਕਰੀਏ। ਜੇ ਸਾਡੇ ਇਹ ਕਾਮਯਾਬ ਹੋ ਗਏ ਕਿਰਪਾ ਬਾਬੇ ਦੀ ਨਾਲ, ਆਪਾਂ ਮੋਹਾਲੀ ਜ਼ਿਲ੍ਹਾ ਤਕਰੀਬਨ 1 ਨੰਬਰ 'ਤੇ ਜਾਵਾਂ ਜੀ। ਇਹ ਜਿਵੇਂ ਪੰਚਾਇਤ ਵੱਲੋਂ ਪਹਿਲਾਂ ਵੀ ਤੁਸੀਂ ਕਿੰਨੇ ਕੁ ਬੂਟੇ ਲਗਾਏ ਗਏ ਨੇ, ਕਿੰਨੀ ਕੁ ਕਾਮਯਾਬੀ ਹੈ, ਹੁਣ ਕਿੱਥੇ ਕਿੱਥੇ ਕਿਵੇਂ ਲਗਾਏ ਜਾ ਰਹੇ ਨੇ? ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ। ਪਹਿਲਾਂ ਤਾਂ ਜੀ ਮੈਂ ਤੁਹਾਡਾ ਧੰਨਵਾਦ ਕਰਦਾ, ਤੁਸੀਂ ਜਿਹੜੇ ਉਪਰਾਲੇ ਕਰਦੇ ਹੋ, ਹਰੇਕ ਸਾਲ ਤੁਸੀਂ ਬੂਟੇ ਲਾਉਂਦੇ ਆ, ਕੋਈ ਚੰਗੇ ਕੰਮ ਕਰਦੇ ਹੋ। ਸਾਡੀ ਪੰਚਾਇਤ ਨੇ ਪਿਛਲੇ 3 ਸਾਲ 'ਚ ਮੇਰਾ ਖਿਆਲ 1,000-1,200 ਦੇ ਕਰੀਬ ਲਗਭਗ ਬੂਟਾ ਲਾਇਆ, ਜਿਨ੍ਹਾਂ 'ਚੋਂ ਤਕਰੀਬਨ 10-20 ਕੁ ਮਰੇ ਹੋਣੇ ਨੇ, ਬਾਕੀ ਸਾਰੇ ਅਸੀਂ ਬੂਟੇ ਪਾਲੇ ਨੇ। ਹੁਣ ਸ਼ਮਸ਼ਾਨ ਘਾਟ ਦੀ ਇੱਕ ਸਾਈਡ ਅਸੀਂ ਮਿੱਟੀ ਪਾ ਕੇ ਲੇਬਲ ਕੀਤੀ ਹੈ, ਉਹਦੇ 'ਚ 500 ਦੇ ਕਰੀਬ ਬੂਟਾ ਲਾਵਾਂਗੇ, ਬਾਕੀ ਹੋਰ ਵੀ ਜਿੰਨੀਆਂ ਥਾਵਾਂ ਨੇ ਉੱਥੇ ਲਾਵਾਂਗੇ। ਅਸੀਂ ਆਪਣਾ ਚਾਹੁੰਦੇ ਵੀ ਆਪਣੀ ਜ਼ਿੰਦਗੀ ਦਾ ਇਹ ਸਭ ਤੋਂ ਮੇਨ ਕੰਮ ਹੈ, ਯੋਗਦਾਨ ਹੈ, ਇਹ ਇੱਕ ਭਗਤੀ ਹੈ ਇੱਕ ਤਰ੍ਹਾਂ ਦੀ। ਜਿੰਨੇ ਆਪਾਂ ਰੁੱਖ ਲਾਉਂਗੇ, ਮੇਰਾ ਖਿਆਲ ਮੈਂ ਕਈ ਪੀੜ੍ਹੀਆਂ ਜੋਗੇ ਰੁੱਖ ਲਾ ਚੱਲੇ ਹਾਂ ਆਪਣੇ ਪਰਿਵਾਰ 'ਚੋਂ, ਇਹ ਲਾਉਣੇ ਹਰੇਕ ਨੂੰ ਲਾਉਣੇ ਚਾਹੀਦੇ, ਮੇਰੇ ਇਕੱਲੇ ਦੇ ਨਹੀਂ, ਸਾਰਿਆਂ ਦਾ ਫਰਜ਼ ਬਣਦਾ। ਸਾਂਝੀਆਂ ਥਾਵਾਂ 'ਤੇ ਜਿੱਥੇ ਕੋਈ ਸੰਭਾਲ ਹੋਵੇ ਉੱਦਾਂ ਦੇ ਯਤਨ ਹੋਣੇ ਬਹੁਤ ਜ਼ਰੂਰੀ ਨੇ। ਹਾਂਜੀ, ਇਹ ਹੁਣ ਜਿਵੇਂ ਅਵਾਰਾ ਪਸ਼ੂ ਫਿਰਦੇ ਨੇ, ਆਪਾਂ ਨੂੰ ਉਹਨਾਂ ਤੋਂ ਵੀ ਬਚਾਉਣੇ ਪੈਂਦੇ ਨੇ। ਦੂਜੀ ਗੱਲ, ਇਹਨਾਂ ਦੇ ਰੱਖ ਰਖਾ ਲਈ ਪਾਣੀ ਵੀ ਪਾਉਣਾ, ਗਰਮੀ ਦਾ ਮੌਸਮ ਹੈ, ਵਿੱਚ ਨੂੰ ਜੇ ਬਰਸਾਤ ਨਾ ਹੋਵੇ ਤਾਂ ਟੈਂਕਰ ਨਾਲ ਅਸੀਂ ਪਹਿਲਾਂ ਵੀ ਪਾਣੀ ਪਾਉਂਦੇ ਰਹੇ, ਹੁਣ ਵੀ ਪਾਵਾਂਗੇ। ਵੀ ਤਾਂ ਕੱਲ੍ਹ ਨੂੰ ਇਹ ਹੋਵੇ ਬੂਟਾ ਲਾਇਆ, ਸਾਡੇ ਬਹੁਤ ਵੀਰ ਪੋਸਟਾਂ ਪੈਂਦੀਆਂ ਨੇ ਫੇਸਬੁੱਕ 'ਤੇ, ਵਟਸਐਪ 'ਤੇ, ਬੂਟਾ ਲਾ ਤਾਂ ਮੁੜ ਕੇ ਪੁੱਛਣਾ ਨਹੀਂ, ਉਹਨੂੰ ਲਾ ਕੇ ਕਮ ਸੇ ਕਮ ਉਹਨੂੰ ਆਪਣੇ ਬੱਚਿਆਂ ਵਾਂਗੂ ਪਾਲੋ, ਤਾਂ ਕਿ ਆਉਣ ਵਾਲੇ ਸਮੇਂ ਸਾਨੂੰ
ਛਾਵਾਂ ਦੇਵੇ ਜਾਂ ਫਲ ਦੇਵੇ। ਨੇ ਦੱਸਿਆ ਕਿ ਉਹ ਬਹੁਤ ਰੱਖ ਰਖਾਵ ਬਹੁਤ ਲਾਜ਼ਮੀ ਹੈ ਪਿੰਡ ਬਜੀਤਪੁਰ ਵਿਖੇ। ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਕਿਵੇਂ ਗਰਾਊਂਡ ਦੇ ਵਿੱਚ ਸ਼ਮਸ਼ਾਨ ਘਾਟ ਦੇ ਉੱਤੇ ਸਕੂਲ ਦੇ ਵਿੱਚ ਆਹ ਬੂਟੇ ਲਗਾਏ ਹੋਏ ਲਹਿਰਾ ਰਹੇ ਨੇ। ਸੋ ਅਸੀਂ ਉਹਨਾਂ ਦੀ ਸੰਭਾਲ ਵੀ ਕਰੀਏ, ਆਪਣੇ ਪੁੱਤਰਾਂ ਵਾਂਗ ਉਹਨਾਂ ਨੂੰ ਪਿਆਰ ਕਰੀਏ, ਸੰਭਾਲੀਏ ਤਾਂ ਕਿ ਵਾਤਾਵਰਨ ਸ਼ੁੱਧ ਹੋ ਸਕੇ ਅਤੇ ਸਾਡਾ ਸਮਾਜ ਜੋ ਉਹ ਸਵਸਥ ਰਹਿ ਸਕੇ। ਪ੍ਰਧਾਨ ਜੀ, ਅੱਜ ਬੂਟੇ ਵੰਡ ਰਹੇ ਹੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਹੋਰ ਲੋਕਾਂ ਨੂੰ ਇਹਦੀ ਸੰਭਾਲ ਕਰਨੀ ਚਾਹੀਦੀ ਹੈ? ਕਿੰਨੇ ਕੁ ਬੂਟੇ ਜੋ ਲੋਕ ਲਿਜਾ ਰਹੇ ਨੇ, ਕਿਵੇਂ ਦਾ ਉਤਸ਼ਾਹ ਹੈ? ਅਸੀਂ ਪ੍ਰਧਾਨ ਜੀ ਨੇ ਦੱਸਿਆ ਵੀ 2000 ਬੂਟਾ ਸਾਡੀ ਮਾਜਰੀ ਬਲਾਕ ਨੂੰ ਮਿਲਿਆ ਹੈ। ਅਸੀਂ ਇਲਾਕੇ ਦੀਆਂ ਪੰਚਾਇਤਾਂ ਨੂੰ ਇਕੱਠੇ ਕਰਕੇ ਸਭ ਨੂੰ 100-200 ਬੂਟਾ ਇੱਦਾਂ, ਕਿਉਂਕਿ ਉਹ ਆਪਣੇ ਆਪਣੀਆਂ ਮੋਟਰਾਂ ਪਰ 5-5, 7-7 ਬੂਟੇ ਲਾਉਣ। ਇਸ ਦੇ ਨਾਲ ਅਸੀਂ ਸੋਚਦੇ ਹਾਂ ਵੀ ਜੋ ਵਾਤਾਵਰਨ ਹੈ ਉਹ ਸ਼ੁੱਧ ਹੋਏਗਾ, ਤਾਂ ਕਿ ਜਿਹੜੀ ਸਾਡੀ ਹਵਾ ਦੀ ਜਿਹੜੀ ਪ੍ਰੋਬਲਮ ਸਾਨੂੰ ਆ ਰਹੀ ਹੈ ਸਾਹਾਂ ਦੀ ਅੱਗੇ, ਉਹ ਸ਼ੁੱਧ ਹੋਣ ਦੇ ਨਾਲ ਦਰੱਖਤਾਂ ਦਾ ਫਾਇਦਾ ਹੋਏਗਾ ਅਤੇ ਇਸ ਸੀਜ਼ਨ 'ਚ ਬਰਸਾਤ ਦੇ ਸੀਜ਼ਨ 'ਚ ਬੂਟਾ ਲੱਗ ਜਾਂਦਾ। ਅਸੀਂ ਦੇਖ ਰਹੇ ਹਾਂ ਕਿ ਕਿਵੇਂ ਉਤਸ਼ਾਹ ਨਾਲ ਉਹ ਲੈਣ ਲਈ ਆ ਰਹੇ ਨੇ। ਸੋ ਜ਼ਿੰਮੇਵਾਰ ਸੱਜਣਾਂ ਨੂੰ ਤੁਹਾਡੇ ਵੱਲੋਂ ਸੌਂਪੇ ਜਾ? ਬਿਲਕੁਲ, ਅਸੀਂ ਜ਼ਿੰਮੇਵਾਰ ਬੰਦਿਆਂ ਨੂੰ ਦੇ ਰਹੇ ਹਾਂ, ਪੰਚ ਸਰਪੰਚਾਂ ਨੂੰ ਦੇ ਰਹੇ ਹਾਂ, ਅਸੀਂ ਆਮ ਬੰਦੇ ਨੂੰ ਦੇ ਰਹੇ, ਜ਼ਿੰਮੇਵਾਰ ਬੰਦਿਆਂ ਨੂੰ ਦੇ ਰਹੇ ਹਾਂ ਤਾਂ ਕਿ ਉਹਦੀ ਸੰਭਾਲ ਹੋ ਸਕੇ ਸਮਾਜ ਸੇਵੀ ਨੌਜਵਾਨ ਵਿੱਕੀ ਸਿਸਮਾ ਉਹ ਵੀ ਸਾਡੇ ਨਾਲ ਹਾਜ਼ਰ ਨੇ। ਬਹੁਤ ਲੋੜ ਹੈ ਵਾਤਾਵਰਨ ਦੀ ਸੰਭਾਲ ਲਈ, ਪੌਦਿਆਂ ਦੀ ਇੱਥੇ ਜੋ ਪੌਦੇ ਲਗਾਉਣ ਦੇ ਲਈ ਦਿੱਤੇ ਜਾ ਰਹੇ ਨੇ, ਹੋਰ ਕੀ ਤੁਸੀਂ ਕਹਿਣਾ ਚਾਹੁੰਦੇ ਇਸ ਬਾਰੇ? ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਥੋੜ੍ਹਾ ਧੰਨਵਾਦ ਕਰਨਾ ਚਾਹੁੰਦਾ ਖਾਲਸਾ ਟੀਵੀ ਵਾਲਿਆਂ ਦਾ, ਜਿਹੜੀ ਇਹੋ ਜਿਹੀ ਮੁਹਿੰਮ ਵਾਸਤੇ ਸਭ ਤੋਂ ਅੱਗੇ ਵੱਧ ਚੜ੍ਹ ਕੇ ਸਾਨੂੰ ਅੱਗੇ ਰੂਬਰੂ ਕਰਾਉਂਦੇ ਆਪਣੇ ਸਰੋਤਿਆਂ ਤੋਂ। ਦੂਜੀ ਗੱਲ ਵਾਤਾਵਰਨ ਦੀ, ਦੇਖੋ ਵਾਤਾਵਰਨ ਜੇ ਅੱਜ ਅਸੀਂ ਵਾਤਾਵਰਨ ਨਹੀਂ ਸੰਭਾਲਿਆ ਤਾਂ ਆਉਣ ਵਾਲਾ ਸਮਾਂ ਬਹੁਤ ਘਾਤਕ ਹੈ, ਉਹ ਸਭ ਨੂੰ ਪਤਾ ਹੀ ਹੈ। ਪਾਣੀ ਦਾ ਬੜਾ ਨੁਕਸਾਨ ਹੈ, ਪਾਣੀ ਆਪਣੀ ਧਰਤੀ 'ਚ ਨਹੀਂ ਰਿਹਾ। ਜੇ ਆਪਾਂ ਵੱਧ ਲਾਵਾਂਗੇ ਬੂਟੇ ਵਗੈਰਾ ਲਾਉਂਗੇ ਨਾ, ਉਹਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਫਾਇਦੇ ਨੇ। ਫਾਇਦੇ ਤਾਂ ਆਕਸੀਜਨ ਦੇ ਬਹੁਤ ਬੜੇ ਸਾਧਨ ਹੈ ਜੀ, ਪਾਣੀ ਦੇ ਬੜੇ ਸਾਧਨ ਹੈ, ਬਾਰਿਸ਼ ਵਧੀਆ ਹੁੰਦੀ ਹੈ। ਤਾਂ ਸਾਡਾ ਤਾਂ ਮੁੱਖ ਮਕਸਦ ਇਹੀ ਹੈ ਕਿ ਸਾਰੇ ਵੀਰਾਂ ਨੂੰ, ਸਾਰੇ ਪੰਜਾਬ ਵਾਸੀਆਂ ਨੂੰ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਫਲਦਾਰ ਬੂਟੇ, ਵੱਧ ਤੋਂ ਵੱਧ ਸ਼ਾਮਦਾਰ ਬੂਟੇ ਜ਼ਰੂਰ ਲਾਓ ਜੀ, ਹਰ ਬੰਦਾ ਇੱਕ ਬੂਟਾ ਜ਼ਰੂਰ ਲਾਉਣਾ ਚਾਹੀਦਾ। ਸੋ ਅਸੀਂ ਮੌਜੂਦ ਹਾਂ ਇਸ ਸਮੇਂ ਸਿਸਮਾਂ ਦੀ ਨਰਸਰੀ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਕਿ ਹਰ ਤਰ੍ਹਾਂ ਦੇ ਛੋਟੇ ਛੋਟੇ ਪੌਦੇ ਇੱਥੇ ਮੌਜੂਦ ਨੇ, ਜੋ ਇੱਥੇ ਦਿੱਤੇ ਜਾ ਰਹੇ ਨੇ। ਜੋ ਵੀ ਮਹਿਮ ਭਾਵੇਂ ਉਹ ਸਰਕਾਰ ਦੀ ਹੈ ਜਾਂ ਹੋਰ ਜਥੇਬੰਦੀਆਂ ਦੀ ਹੈ, ਜਿਵੇਂ ਹੁਣ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਇਹ ਮਹਿਮ ਆਰੰਭੀ ਗਈ ਹੈ, ਇੱਥੇ ਇਲਾਕੇ ਦੇ ਮੋਤਬਰ ਪਹੁੰਚੇ ਹੋਏ ਨੇ, ਜ਼ਿਲ੍ਹੇ ਤੋਂ ਜੋ ਅਹੁਦੇਦਾਰ ਨੇ ਉਹ ਪਹੁੰਚੇ ਹੋਏ ਨੇ, ਬੂਟਿਆਂ ਦੀ ਵੰਡ ਕੀਤੀ ਜਾਂਦੀ ਹੈ। ਉਹਨਾਂ ਦਾ ਕਹਿਣਾ ਕਿ ਸੰਭਾਲ ਹੋ ਸਕੇ, ਇਸ ਲਈ ਉਹ ਅੱਗੇ ਕਿਸੇ ਨੂੰ ਵੀ ਲਗਾਉਣ ਲਈ ਦਿੰਦੇ ਨੇ, ਤਾਂ ਜ਼ਿੰਮੇਵਾਰ ਬੰਦਿਆਂ ਨੂੰ ਦਿੱਤੇ ਜਾ ਰਹੇ ਨੇ ਤਾਂ ਕਿ ਉਹ ਸਮਝਾ ਕੇ ਉਹਨਾਂ ਦੀ ਰੱਖ ਰਖਾਵ ਦੇ ਲਈ ਜ਼ਰੂਰੀ ਹਦਾਇਤ ਕਰਕੇ ਉਹਨਾਂ ਬੂਟਿਆਂ ਨੂੰ ਲਗਵਾਇਆ ਜਾ ਸਕੇ, ਤਾਂ ਕਿ ਉਹ ਵਾਤਾਵਰਨ ਦੇ ਲਾਇਕ ਹੋ ਕੇ, ਵੱਡੇ ਹੋ ਕੇ ਸ਼ੁੱਧਤਾ ਬਣਾਉਣ ਅਤੇ ਅਸੀਂ ਸਵਸਥ ਰਹਿ ਸਕੀਏ। ਸਾਡੀ ਜ਼ਿੰਦਗੀ ਦੇ ਲਈ ਅਹਿਮ ਲੋੜ ਹੈ, ਪੁੱਤਾਂ ਵਾਂਗ ਪਾਲੀਏ ਬੂਟਿਆਂ ਨੂੰ। ਤੁਹਾਡੇ ਸਾਰਿਆਂ ਦੇ ਨਾਲ ਰਵਿੰਦਰ ਸਿੰਘ ਬਜੀਤਪੁਰ, ਕਮਲਜੀਤ ਸਿੰਘ ਬਰਸਾਲਪੁਰ, ਮੇਰੇ ਸਹਿਯੋਗੀ ਪੱਤਰਕਾਰ ਪੰਡਿਤ ਅਮਿਤ ਕੁਮਾਰ ਭਾਰਦਵਾਜ, ਖਾਲਸਾ ਟੀਵੀ ਚੈਨਲ, ਨਿਊ ਚੰਡੀਗੜ੍ਹ।